ਬਾਈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਠੀਕ ਠਾਕ ਹੋ ਅੱਜ ਖੜਿਆਂ ਜੀ ਜਰਗ ਤੇ ਮਿਲੇ ਤੇ ਬਾਈ ਜੀ ਆਏ ਹੋਏ ਆਪਣੇ ਕੋਲ ਤੇ ਗੱਲਬਾਤ ਕਰ ਦਾਂਗੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਆ ਚੱਲ ਬਾਬਾ ਜੀ ਵਧੀਆ ਜੀ ਵਧੀਆ ਜੀ ਹਾਂਜੀ ਕਿਹੜਾ ਪਿੰਡ ਆ ਬਾਬਾ ਜੀ ਆਪਣਾ ਪਿੰਡ ਵੀਰੇ ਆਪਣਾ ਰੋਣੋ ਕਲਾਂ ਰੋਣੋ ਕਲਾਂ ਹਾਂਜੀ ਕਿੱਥੇ ਪੈ ਗਿਆ ਜ਼ਿਲ੍ਹਾ ਕਿਹੜਾ ਇਹ ਜ਼ਿਲ੍ਹਾ ਲੁਧਿਆਣਾ ਤਹਿਸੀਲ ਖੰਨਾ ਠੀਕ ਆ ਜੀ ਇੱਥੇ ਪੈ ਗਿਆ ਨੇੜੇ ਜਰਗ ਦੇ ਕੋਲ ਹਾਂਜੀ ਜਰਗ ਦੇ ਕੋਲ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ ਜੀ ਟਾਈਮ ਆਪਾਂ ਨੂੰ ਹੋ ਗਿਆ ਵੀਰੇ 10 ਕੁ ਸਾਲ 10 ਕੁ ਸਾਲ ਹਾਂਜੀ ਇਸ ਤੋਂ ਪਹਿਲਾਂ ਕਿਹੜਾ ਕੰਮ ਕਰਦੇ ਸੀ ਇਸ ਤੋਂ ਪਹਿਲਾਂ ਦਾ ਵੀਰੇ ਬਸ ਦਿਹਾੜੀ ਜੋਤਾ ਜੀ ਦਿਹਾੜੀ ਜੋਤਾ ਠੀਕ ਆ ਇੱਧਰ ਕਿਵੇਂ ਆ ਗਏ ਇੱਧਰ ਐਂ ਸੀਗਾ ਵੀ ਭਰਾ ਸੀਗਾ ਛੋਟਾ ਉਹਦੀਆਂ ਰੱਖੀਆਂ ਹੋਈਆਂ ਸੀਗੀਆਂ ਅੱਛਾ ਤੇ ਬਸ ਨਾਲ ਇੱਕ ਦੋ ਪੱਠ ਪਾਲੀ ਉਹਦੇ ਨਾਲ ਫਿਰ ਬਣਦੀਆਂ ਗਈਆਂ ਇੱਕ ਦੋ ਤੋਂ ਵੱਧਦੀਆਂ ਗਈਆਂ ਅੱਜ ਕਿੰਨੀਆਂ ਨੇ ਅੱਜ ਆਪਣੇ ਤਕਰੀਬ ਹੋਣਗੀਆਂ 16 ਕੁ ਨਗ ਵਿੱਚੇ ਪੱਠਾ ਪੁੱਠਾ ਪਾ ਕੇ ਠੀਕ ਆ ਹਾਂ ਚਾਰ ਕੁ ਪੱਠਾ ਘਰੇ ਛੱਡੀਆਂ ਨੇ ਆਪਾਂ ਨੇ ਬਸ ਠੀਕ ਆ ਜੀ ਹਾਂ ਤੇ ਆ ਬਾਈ ਕੌਣ ਨੇ ਨਾਲ ਆਪਣੇ ਜੋ ਵੀ ਹੈਗੇ ਨੇ ਇਹ ਭਰਾ ਨੇ ਵਿੱਕੀ ਬਾਈ ਅੱਛਾ ਵਿੱਕੀ ਬਾਈ ਭਰਾ ਖੰਨੇ ਖੰਨੇ ਤੋਂ ਇਹ ਠੀਕ ਆ ਇਹਨਾਂ ਕੋਲ ਹੈਗੇ ਨੇ ਦੋ ਕੁ ਪੱਠਾ ਨਵੀਂ ਸ਼ੌਂਕ ਕੀਤਾ ਇਹਨਾਂ ਨੇ ਆਪਣੇ ਕੋਲ ਹੀ ਹੁੰਦੀਆਂ ਨੇ ਨਹੀਂ ਘਰੇ ਹੁੰਦੀਆਂ ਨੇ ਹਾਂ ਠੀਕ ਆ ਕਿੰਨੀਆਂ ਲੈ ਕੇ ਆਏ ਅੱਜ ਉਰੇ ਟੋਟਲ ਵੀਰੇ ਹੈਗੇ ਨੇ 16 ਕੁ ਨਗ 16 ਨਗ ਹੈ ਦਿਖਾਈਏ ਹਾਂ ਦੇਖੋ ਵਧੀਆ ਬੱਕਰੇ ਰੱਖਦੇ ਸਾਰੀਆਂ ਹਾਂ ਬਾਈ ਹਾਂ ਇਹ ਜੀ ਰੱਖਦੇ ਆ ਬਸ ਠੀਕ ਆ ਆਪਣਾ ਕੰਮ ਕਾਹਦਾ ਵੈਸੇ ਦੁੱਧ ਤੇ ਕਰਦੇ ਹੋ ਬਰੀਡ ਤੇ ਕਰਦੇ ਹੋ ਆਪਾਂ ਵੀ ਕੰਮ ਕਰਦੇ ਮਤਲਬ ਬਰੀਡ ਤੇ ਕਰਦੇ ਹਾਂ ਬਰੀਡ ਦੇ ਬੱਚੇ ਵੇਚਣ ਦਾ ਕੰਮ ਬੱਚੇ ਵੇਚਣ ਦਾ ਕੰਮ ਠੀਕ ਆ ਜੀ ਲਓ ਬਈ ਆ ਬੱਕਰੀ ਦਾ ਦਿਖਾਓ ਪਹਿਲਾਂ ਇਹਨੂੰ ਪਿੱਛੇ ਰੱਖਿਓ ਬਾਈ ਜੀ ਬੱਕਰੇ ਨੂੰ ਭੋਗ ਨੂੰ ਪਰ ਹਾਂ ਦੱਸੋ ਜੀ ਬੱਕਰੀ ਬਾਰੇ ਇਹ ਵੀਰੇ ਮਤਲਬ ਪੂਰੇ ਦੰਦ ਆ ਹਾਂ ਚੌਥੇ ਸੂਏ ਹੈਗੀ ਪੂਰੇ ਦੰਦ ਬੱਕਰੀ ਹੈਗੀ ਹਾਈਟ ਕਿੰਨੀ ਹੋਊਗੀ ਦੀ ਹਾਈਟ ਵੀਰੇ ਮਿਣੀ ਨਹੀਂ ਹੈਗੀ ਮਿਣੀ ਨਹੀਂ ਕਦੇ ਹਾਂ ਮਿਣੀ ਹੈਗੀ ਹੈ 39-40 ਹੈਗੀ ਹੈ ਨਾ 39-40 ਹੈਗੀ ਆ ਬਾਈ ਦੇਖ ਸਕਦੇ ਹੋ ਹਾਂਜੀ ਹਾਂਜੀ ਇਹ ਕਿੰਨੇ ਸੂਏ ਕਿਹਾ ਹੈਗਾ ਚੌਥੇ ਸੂਏ ਹਾਂਜੀ ਬਾਈ ਬੱਚੇ ਦੋ ਆ ਜਾਂਦੇ ਨੇ ਬੜੇ ਆਰਾਮ ਨਾਲ ਦੁੱਧ ਕਿੰਨਾ ਦਿੰਦੀ ਹੈਗੀ ਦੁੱਧ ਵੀਰੇ ਮਿਣਿਆ ਹੈ ਨਹੀਂ ਵੈਸੇ ਤਕਰੀਬਨ ਹੈਗਾ 3-4 ਕਿਲੋ ਹੈਗਾ 3-4 ਕਿਲੋ ਹਾਂਜੀ ਦਿਖਾਓਗੇ ਲੇਬਾ ਤਰ ਕੇ ਥੋੜ੍ਹਾ ਜਿਹਾ ਨਹੀਂ ਲੇਬਾ ਨਹੀਂ ਲੇਬਾ ਨਹੀਂ ਦਿਖਾਉਂਦੇ ਕਿਉਂ ਕੀ ਹੋ ਗਿਆ ਠੀਕ ਚਲੋ ਕੋਈ ਗੱਲ ਨਹੀਂ ਨਜ਼ਰ ਲੱਗ ਜਾਂਦੀ ਹੈ ਬਸ ਜਿਵੇਂ ਮਰਜ਼ੀ ਕਹਿ ਲਾ ਠੀਕ ਚਲੋ ਕੋਈ ਗੱਲ ਨਾ ਬਾਕੀ ਬਾਈ ਜੀ ਕੰਨ ਕੋਨ ਦਿਖਾ ਦਿਓ ਨਾ ਇਹ ਵਹਿਮ ਹੁੰਦਾ ਵਾ ਜਾਨੀ ਕਿ ਆਪਣੇ ਕਰਦੇ ਨੇ ਹੁੰਦਾ ਵੀ ਇਹੀ ਜੀ ਗੱਲ ਨਹੀਂ ਆ ਹੋਇਆ ਵੀ ਇੰਨਾ ਹੋਗਾ ਬਹੁਤ ਗੁੱਸਾ ਇਹ ਵੇਚਣੀ ਆ ਨਹੀਂ ਬਾਈ ਵੇਚਣੀ ਨਹੀਂ ਨੋ ਸੇ ਹੋਰ ਫੜ ਲੋ ਬੱਕਰੀਆਂ ਫੜੋ ਬੱਕਰੇ ਬਾਅਦ ਚ ਲੋਹੀ ਫੜ ਬੱਕਰਾ ਉਧਰ ਕਰ ਦੇ ਹਟ ਲਿਆ ਹਟ ਆ ਫੜੀ ਬਾਈ ਇਹ ਪੱਠਾ ਪਲੂਣ ਲੈ ਵੀ ਇਹ ਰੋਲੀ ਬੱਕਰੀ ਆ ਗਈ ਹਾਂ ਪਹਿਲੇ ਸੂਏ ਅੱਗੇ ਕਰ ਮਾਰਿਆ ਨਾ ਪਹਿਲੇ ਸੂਏ ਆ ਬਾਈ ਪਲੂਣ ਪੱਠਾ ਦੇਖ ਸਕਦੇ ਹੋਗੇ ਕੰਨ ਕੋਲ ਚੰਗੇ ਨਾ ਨਾ ਹਾਂ ਬਾਈ ਬਸ ਕੱਲੇ ਆ ਹੀ ਨਹੀਂ ਹੈਗੇ ਸਿੰਘੇ ਨਹੀਂ ਹੈਗੇ ਹਾਂ ਸਿੰਘ ਨਹੀਂ ਹੈਗੇ ਬਾਈ ਰੋਡੀ ਬੱਕਰੀ ਹੈਗੀ ਪਲੂਣ ਆ ਬਾਈ ਦੇਖ ਸਕਦੇ ਇਹ ਸੂਪੀ ਕਾ ਜੇ ਸੂਣਾ ਇਹ ਸੂਪੀ ਬਾਈ ਜੀ ਸੂਪੀ ਕਿੰਨੇ ਬੱਚੇ ਆਏ ਨੇ ਦੋ ਬੱਚੇ ਆਏ ਨੇ ਕੀ ਆਇਆ ਸੀਗਾ ਇੱਕ ਛੇਲੀਆ ਇੱਕ ਛੇਲਾ ਠੀਕ ਆ ਹਾਂਜੀ ਬਾਈ ਤੇ ਬੱਚੇ ਸਿੰਘਾਂ ਵਾਲੇ ਆਏ ਨੇ ਜਾਂ ਫਿਰ ਬਿਨਾਂ ਸਿੰਘਾਂ ਵਾਲੇ ਸਿੰਘਾਂ ਵਾਲੇ ਆਏ ਨੇ ਸਿੰਘਾਂ ਵਾਲੇ ਆਏ ਨੇ ਠੀਕ ਆ ਸਿੰਘਾਂ ਵਾਲੇ ਬੋਕ ਸਿੰਘਾਂ ਵਾਲਾ ਹੋਊ ਨਾ ਬਣਾਉਣਾ ਹਾਂ 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 ਲੈ ਵੀ ਦੇਖ ਸਕਦੇ ਹੋ ਨਾ ਇਹ ਵੇਚਣੀ ਆ ਵੀ ਨਹੀਂ ਬਾਈ ਨੋ ਲੈ ਵੀ ਕੋਈ ਗੱਲ ਨਹੀਂ ਆਹ ਫੜ ਲਓ ਲੈ ਵੀ ਪੱਕੀ ਲੋਹੀ ਆ ਗਈ ਹਾਂ ਬਾਈ ਪੱਕੀ ਲੋਹੀ ਆ ਗਈ ਪੱਕੀ ਲੋਹੀ ਆ ਗਈ ਦੇਖ ਸਕਦੇ ਬੱਕਰੀ ਚੰਗੀ ਹੈ ਨਾ 37-38 ਇੰਚ ਦੀ ਹੋ ਗਈ 39 ਇਹ ਦੂਜੇ ਸੂਏ ਆ ਵੀਰੇ ਦੂਜੇ ਸੂਏ ਆ ਗਈ ਮੂੰਹ ਦਿਖਾ ਦੇ ਬੱਬੂ ਦੂਜੇ ਸੂਏ ਲੈ ਵੀ ਦੂਜੇ ਸੂਏ ਕੀ ਦੇਖ ਸਕਦੇ ਬੱਚੇ ਕਿੰਨੇ ਨੇ ਇਹਦੇ ਵੀਰੇ ਜੋੜੀ ਆ ਹੈਗੀ ਆ ਮਗਰ ਹਾਂ ਕੀ ਨੇ ਛੇਲੀ ਆ ਦੋ ਛੇਲੀਆਂ ਨੇ ਇਹ ਵੇਚਣੀ ਹੈ ਨਹੀਂ ਵੀਰੇ ਲੈ ਵੀ ਇਹ ਵੀ ਨਹੀਂ ਵੇਚਣੀ ਹੈਗੀ ਨਾ ਕੰਨ ਕੁੰਨ ਚੰਗੇ ਨੇ ਬਾਈ ਦੇਖ ਸਕਦੇ ਹੋ ਨਾ ਕਰ ਦੋ ਬਈ ਸਾਈਡ ਤੇ ਅਭੀ ਆ ਮੱਖੀ ਜਿੰਨੀ ਆ ਗਈ ਲਿਆਓ ਜੀ ਇਹ ਮੱਖੀ ਦੱਸੋ ਇਹਦੇ ਬਾਰੇ ਇਹ ਵੀਰੇ ਹੈਗੀ ਆ ਦੂਜੇ ਸੂਏ ਹਾਂਜੀ ਇਹ ਵੀ ਦੂਜੇ ਸੂਏ ਹੈਗੀ ਛੋਟੇ ਕਰ ਦਿੱਤੀ ਹਨਾ ਹਾਂਜੀ ਬਾਈ ਜੀ ਬੱਚੇ ਕੀ ਨਵਾਂਗਾ ਠੀਕ ਹੈ ਜੀ ਬੱਚੇ ਕਿੰਨੇ ਨੇ ਮਗਰ ਦੇ ਬੱਚੇ ਵੀਰੇ ਇੱਕ ਸੇਲਾ ਦਿੱਤਾ ਇੱਕ ਸੇਲਾ ਠੀਕ ਆ ਪਲੂਣ ਸੂਈ ਹੈਗੀ ਪਲੂਣ ਸੂਈ ਹੈ ਇਹ ਪਲੂਣ ਸੂਈ ਹੈਗੀ ਇੱਕ ਸੇਲਾ ਦਿੱਤਾ ਹੈਗਾ ਦੁੱਧ ਦੁੱਧ ਦਾ ਬੱਚਾ ਰਜਾ ਦਿੰਦੀ ਹੈ ਕੋਈ ਸਾਰੇ ਰਿਕਾਰਡ ਇਹ ਦਿਖਾਓਗੇ ਤਾਂ ਅੱਗੇ ਕਿੰਨਾ ਦੁੱਧ ਹੈ ਥੱਲੇ ਓਏ ਕੁਛ ਨਹੀਂ ਹੁੰਦਾ ਲੈ ਵੇ ਹੋਊਗਾ ਮਤਲਬ ਦਾ ਤਿੰਨ ਹੋਊਗਾ ਤਾਂ ਵੱਧਾ ਬਾਈ ਕੀ ਕਹਿ ਸਕਦੇ ਹਾਂ ਹੁਣ ਕੱਢਿਆ ਨਹੀਂ ਕਦੇ ਹੋਊਗਾ 3-plus ਹੋਊਗਾ ਦੁੱਧ ਨਾ ਕੱਲ ਵੀ ਕਰਦੇ ਵੇਚਣੀ ਆ ਨਹੀਂ ਵੀ ਵੇਚਣ ਵਾਲੀ ਹੈ ਨਹੀਂ ਕੋਈ ਨਹੀਂ ਵੀਰੇ ਹੈਗੀ ਵੇਚਣੀ ਵੇਚਣ ਵਾਲੀ ਕੋਈ ਨਹੀਂ ਹੈਗੀ ਦਿਖਾਈ ਚਲੋ ਪਰ ਕੱਢੀ ਚਲੋ ਵੀਰੇ ਮਗਰ ਦੀ ਮਗਰ ਨਾਲ ਦੀ ਨਾਲ ਆਹ ਪੱਠਾ ਹਾਂ ਲੇਟ ਨਾ ਕਰਿਆ ਕਰੋ ਆਹ ਪੱਠਾ ਲੈ ਵੀ ਆਹ ਪੱਠਾ ਆ ਗਿਆ ਇਹ ਲਵਾਤੀ ਕਿ ਨਾ ਨਹੀਂ ਲੈ ਵੀ ਲਵਾਈ ਨਹੀਂ ਹੈਗੀ ਦੋ ਦੰਦਾ ਦੁੱਗੀ ਆ ਨਾ ਹਾਂ ਦੋ ਲੈ ਵੀ ਦੁੱਗੀ ਹੈਗੀ ਦੇਖ ਸਕਦਾ ਚੰਗੀ ਪੱਠਾ ਹੈਗੀ ਹਜੇ ਲਵਾਈ ਨਹੀਂ ਹੈਗੀ ਨਾ ਬਾਈ ਕਦੋਂ ਲਵਾਉਣੀ ਹੈਗੀ ਮੈਂ ਗਾਹਾਂ ਲਾਉਣਗੇ ਚੌਗੀ ਛਿੱਗੀ ਕਰਕੇ ਲਵਾਉਣਗੇ ਬਾਈ ਹਨਾ ਥੱਲੋ ਕਿਆ ਜਮਾ ਹਾਂ ਹਾਂ ਲੈ ਲਿਆ ਬਈ ਹੋਰ ਇਹ ਵੀ ਪੱਠ ਆ ਗਈ ਬੱਕਰੀ ਆ ਹਾਂ ਕਿੰਨੇ ਸੂਏ ਲੈ ਲਏ ਇਹ ਦੂਜੇ ਸੂਏ ਆ ਇਹ ਵੀ ਦੂਜੇ ਸੂਏ ਆ ਗਈ ਕਰੂ ਮਾਰੇ ਬਾਹਰ ਛੋਟੇ ਕੱਦ ਦੀ ਆ ਬਈ ਬੱਤੀ ਦਿੱਤੀ ਕੋ ਨਾ ਇੰਚ ਹਾਂਜੀ ਬੱਚਾ ਆਇਆ ਕੋਈ ਮਗਰ ਕਿੰਨੇ ਨੇ ਬੱਚਾ ਹੈਗਾ ਜੀ
ਇੱਕ ਇੱਕ ਲੈ ਵੀ ਇੱਕ ਬੱਚਾ ਕਰ ਦੋ ਸਾਈਡ ਤੇ ਲੈ ਵੀ ਆ ਦੇਖੋ ਇਹ ਵੀ ਦੂਜੇ ਸੋਏ ਪੱਠੇ ਦੂਜੇ ਸੋਏ ਬਈ ਮੂੰਹ ਦਿਖਾ ਦੇ ਬੱਬੂ ਲੈ ਵੀ ਦੂਜੇ ਸੋਏ ਬਈ ਲਾਲ ਅੱਖਾਂ ਦੇ ਵਿੱਚ ਹੈਗੀ ਦੰਦ ਪੂਰੇ ਹਨ ਪੂਰੇ ਦੰਦ ਆ ਬਈ ਚੰਗੀ ਬੱਕਰੀ ਆ ਬਈ ਹੈਗੀ ਹੈਗੀ 37 38 ਇੰਚ ਲੈ ਵੀ ਆ ਬੱਕਰੀ ਦਿਖਾਉਣਾ ਅੱਗੇ ਦੱਸੋ ਬਈ ਜਿਹਦੇ ਬਾਰੇ ਪੱਠੇ ਆ ਵੀਰੇ ਹਜੇ ਪੱਠ ਆ ਗਿਆ ਠੀਕ ਆ ਸੂਆ ਲੈ ਲਿਆ ਕਾਜੇ ਨਹੀਂ ਬਈ ਲੈਣਾ ਹਜੇ ਲੈ ਵੀ ਸੂਆ ਲੈਣਾ ਹਜੇ ਦੰਦ ਹੋ ਗਈ 6 ਹੈ ठीक है जी गबन हैगी है हाँ गबन किन्ने टाइम दी ए हैगी है वीरे 2.5 महीने दी दो ढाई महीने दी गबन है ना ले भी एक बकरी आ ये पठ पलून है पलून पठ है भी देख सकदे हो कद को देख सकदे हो ना होऊगा 38 39 मन लगदा दा हाइट ता ना छोटे जे मुंह दी बकरी हैगी पूरे दंद है 6 दंद है जी ले भी 6 दंद है भाई देख सकदे हो पलून हैगी होर फड़ लियो जी एक बकरी फड़ो फिर उस तो बाद बकरा दिखा दो बकरा दिखा दो ਲਿਆਓ ਜੀ ਅਭੀ ਲੈ ਵੀ ਆ ਦੇਖੋ ਦੱਸੋ ਇਹਦੇ ਬਾਰੇ ਇਹ ਵੀਰੇ ਦੂਜੇ ਸੂਏ ਹੋ ਗਈ ਪੱਠ ਦੂਜੇ ਸੂਏ ਹਾਂ ਠੀਕ ਹੈ ਜੀ ਹੋਰ ਕੁਛ ਇਹਦੇ ਬਾਰੇ ਗੱਬਣ ਗੁੱਬਣ ਕੀ ਆ ਕਿਆ ਜੀ ਕਰਵਾਈ ਨੇ ਇਹ ਉਹੀ ਹੈ ਨਾ ਹਾਂ ਗੱਬਣ ਹੈ ਗੱਬਣ ਹਾਂ ਕਿੰਨੇ ਟਾਈਮ ਦੀ ਗੱਬਣ ਹੋਊਗੀ ਇਹ ਵੀਰੇ ਥੋੜੇ ਟਾਈਮ ਦੀ ਹੈ 1.5 ਮਹੀਨੇ ਦੀ ਲੈ ਵੀ ਥੋੜੇ ਟਾਈਮ ਦੀ ਗੱਬਣ ਆ ਗਈ ਦੇਖ ਸਕਦੇ ਹੋ ਵੇਚਣੀ ਆ ਇਹ ਨਹੀਂ ਬਾਈ ਵੇਚਣੀ ਆ ਹੀ ਨਹੀਂ ਕੋਈ ਨਹੀਂ ਵੇਚਣ ਵਾਲੀ ਹੈ ਇਹ ਕਹੀ ਹੈ ਵੇਚਣ ਵਾਲੀ ਦਿਖਾਓ ਪਰ ਆ ਵੇਚਣ ਵਾਲੀ ਹੈ ਬਸ ਕੋਈ ਗੱਲ ਬਾਅਦ 'ਚ ਦਿਖਾਉਂਦੇ ਹਾਂ ਵੇਚਣ ਵਾਲੀ ਆਪਾਂ ਲੈ ਵੀ ਬੱਕਰਾ ਦੇਖੋ ਡੱਬਾ ਬੱਕਰਾ ਹੈ ਨਾ ਦੋ ਜੀ ਬਾਈ ਜੀ ਕਾਲਾ ਕਿਉਂ ਨਹੀਂ ਰੱਖਿਆ ਬਾਈ ਕਾਲਾ ਵੀ ਰੱਖਿਆ ਹੋਇਆ ਜੀ ਅਸੀਂ ਉਹ ਅੱਡ ਰੱਖਿਆ ਆ ਕਸ਼ੇਲਾ ਇਹਦਾ ਠੀਕ ਆ ਜੀ ਕਸ਼ੇਲਾ ਲੈ ਵੀ ਦੇਖ ਸਕਦੇ ਹੋ ਬੱਕਰਾ ਹੋਊਗਾ 42 43 ਇੰਚ ਦਾ ਬੱਕਰਾ ਹੈ ਨਾ ਹੋਊਗਾ ਜੀ 43 ਇੰਚ 43 ਇੰਚ ਹੈਡ ਤਾਂ ਹੈਗੀ ਹੈਗੀ 8 ਦੰਦ ਹੈਗਾ ਨਹੀਂ ਜੀ 8 ਦੰਦ ਲਾਉਣ ਲੱਗਿਆ ਲੈ ਵੀ 8 ਦੰਦ ਜੇ ਲਾਉਣ ਲੱਗਿਆ ਨਵੇਂ ਆ ਗਿਆ ਇਹਦੇ ਬੱਚੇ ਕਿਵੇਂ ਆਉਂਦੇ ਨੇ ਇਹਦੇ ਬੱਚੇ ਆ ਦੇਖੋ ਇਹਦਾ ਹੀ ਆ ਜੀ ਇਹਦਾ ਬੱਚਾ ਹੈਗਾ ਹਾਂਜੀ ਹਾਂਜੀ ਲੈ ਵੀ ਬੱਚੇ ਚੰਗੇ ਹੋਣੇ ਦੇ ਮੋਟੀ ਹੱਡੀ ਦਾ ਪੂਰਾ ਬੱਕਰਾ ਕਰਿਓ ਬੱਕਰਾ ਸਾਈਡ ਤੇ ਬੱਚਾ ਦਿਖਾਉਣਾ ਗਿਆ ਆਪਾਂ ਲੈ ਵੀ ਆ ਇਹਦਾ ਬੱਕਰਾ ਹੈਗਾ ਹੁਣ ਇਹ ਪਾਲ ਰਹੇ ਹਾਂ ਹਾਂਜੀ ਲਾਲ ਅੱਖਾਂ ਦੇ ਵਿੱਚ ਆ ਬਾਈ ਦੋ ਦੰਦ ਆ ਬੱਚਾ ਦੁੱਗਾ ਹੋ ਗਿਆ ਬਈ ਬੱਚਾ 37 38 ਕੱਦ ਹੋ ਗਿਆ ਕਿੰਨਾ ਕੱਦ ਕਰ ਜੂ ਉਹਨਾਂ ਕਰ ਜੂ ਇਹ ਪਿਓ ਜਿੰਨਾ ਕੱਦ ਬੜੇ ਆਰਾਮ ਨਾਲ ਹੋ ਜੂਗਾ ਜੀ ਪਿਓ ਜਿੰਨਾ ਕਰ ਜੂ ਨਾ ਨੱਕ ਨੁੱਕ ਦਾ ਚੰਗਾ ਜਿਹੜਾ ਚੱਲ ਦੋ ਦੋ ਦੰਦ ਆ ਜੀ ਠੀਕ ਆ ਜੀ ਲੈ ਵੀ ਕਰ ਦੋ ਸਾਈਡ ਤੇ ਵੇਚਣ ਵਾਲੀ ਲਿਆਓ ਜਿਹੜੀ ਵੇਚਣ ਵਾਲੀ ਹੈਗੀ ਲੈ ਵੀ ਆ ਚਿੱਟੀ ਬੱਕਰੀ ਵੇਚਣੀ ਆ ਬਾਈ ਨੇ ਇਹ ਦੇ ਦਾਂਗੇ ਵੀਰੇ ਆਪਾਂ ਦੱਸ ਦੇ ਮਗਰ ਦੇ ਛੇਲਾ ਇੱਕ ਛੇਲਾ ਮਗਰ ਹਾਂ ਕਿੰਨੇ ਟਾਈਮ ਦਾ ਮਤਲਬ ਹੈਗਾ 3-4 ਮਹੀਨੇ ਦਾ ਲੈ ਵੀ 3-4 ਮਹੀਨੇ ਦਾ ਬੱਚਾ ਮਗਰ ਦੇ ਕਿੰਨੇ ਰੁਪਈਆ ਦੀ ਵੇਚਣੀ ਆ ਇਹ ਆਪਾਂ ਛੱਡ ਦਾਂਗੇ ਵੀਰੇ ਮੰਗ ਦੇ 20 ਆ 17-18 ਹੀ ਛੱਡ ਦਾਂ ਲੈ ਵੀ 17-18 ਦੀ ਬੱਚੇ ਨਾਲ ਆ ਹਾਂ ਬੱਚਾ ਨਾਲ ਆ 17-18 ਦੀ ਬੱਚੇ ਨਾਲ ਆ ਗਈ ਹਾਂ ਕਿਵੇਂ ਆ ਗਈ ਮੂੰਹ ਤੋਂ ਕਿਵੇਂ ਆ ਮੂੰਹ ਤੋਂ 8 ਦੰਦ ਆ 8 ਦੰਦ ਆ ਨਵੇਂ ਇਹ ਵੀ 8 ਦੰਦ ਬੱਕਰੀ ਹੈ ਨਾ ਮੈਂ ਕੋ ਨੰਬਰ ਬੋਲ ਦੋ ਥੱਲਾ ਥੱਲਾ ਬਹੁਤ ਵਧੀਆ ਨੰਬ�र ਬੋਲ ਦੋ 90561 97407 ਦੁਬਾਰਾ ਫਿਰ ਬੋਲ 90561 97407 ਲੋ ਜੀ ਬਾਜੀ ਕਰ ਲਿਓ ਸੰਪਰਕ ਜੇ ਕਿਸੇ ਵੀ ਮੇਰੇ ਵੀਰ ਨੂੰ ਕੁਝ ਵੀ ਚਾਹੀਦਾ ਹੋਊਗਾ ਬਾਕੀ ਬਾਈ ਨਾਲ ਗੱਲਬਾਤ ਕਰ ਲਿਓ ਕੋਈ ਨਾ ਕੋਈ ਤਾਂ ਇੱਕ ਛੇਲਾ ਹੈ ਆਪਣੇ ਕੋਲ ਆ ਬਕਾਊਗਾ ਠੀਕ ਇਹ ਵੀ ਦਿਖਾ ਦਿਓ ਨਾ ਇਹ ਵੀ ਦਿਖਾ ਦਈਏ ਜਰਗ ਦੇ ਮੇਲੇ ਤੇ ਖੜਿਆ ਹਾਂ ਅੱਜ ਸਾਲ ਬਾਅਦ ਉਹ ਮੇਲਾ ਆਉਣਾ ਹੁੰਦਾ ਇਹ ਕਿੰਨੇ ਦੰਦ ਹੋ ਗਿਆ ਬਾਈ ਇਹ ਦੋ ਦੰਦ ਆ ਵੀਰੇ ਇਹ ਵੀ ਦੋ ਦੰਦ ਇਹ ਹੋ ਗਿਆ ਨਾ ਹਾਂਜੀ ਲੋ ਜੀ ਬਾਈ ਨੰਬਰ ਦੇ ਦਾ ਠੀਕ ਹੈ ਜੀ ਕਰ ਲਿਓ ਸੰਪਰਕ ਬਾਈ ਨਾਲ ਠੀਕ ਹੈ ਬਾਈ ਜੀ ਠੀਕ ਹੈ ਬਾਈ ਅੱਛੀ ਕਰ ਜੀ ਧੰਨਵਾਦ